मौसम की तब्दीली की वजह ना जरा ना गले की खराबी हुई है जी। जरा ना खांसी भी तंग कर दी है ते नार जरा ना अपने तो भी अपने बिस्कुट ले आते रहे हैं अच्छा जी ते नार है बिलाल दवाई खांदा है ना हड्डियां दी है जी ए दवाई अपने की ओदी ओमेगा जड़ा है 20 है मैं खाना होगा भी आपने ठीक है ना जी दवाई ले के सिंगो बयान है अगर कैप्सूल ले गए तो भी अपने ताड़ पट्टी हम खिंचा वो होता है ना ओए नाल आपने इंसर्ट है की है ये दान दर्द तो किसी वक्त भी अपने छेड़ जाती है तानू से फिर अधी रात में बहुत पा देंगे हो तुम अपने ਇਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਬੈਟਨੀ ਸੋਲ ਕਹਿੰਦੇ ਨੇ ਹਾਂ ਜੀ ਬੈਟਨੀ ਸੋਲ ਹੈ ਇਹਦੇ ਗਰਾਰੇ ਕਰਨੇ ਹੁੰਦੇ ਨੇ ਹੈਗੇ ਠੀਕ ਹੈ ਹਾਂ ਜੀ ਇਹਦੇ ਨਾਲ ਗਲਾ ਸਹੀ ਹੁੰਦਾ ਹੈਗਾ ਠੀਕ ਹੈ ਹਾਂ ਉਹ ਗਲਾ ਮੇਰਾ ਵੀ ਖਰਾਬ ਹੈ ਤੁਹਾਡਾ ਵੀ ਖਰਾਬ ਇਹਦੇ ਨਾਲ ਗਰਾਰੇ ਕਰਨੇ ਹੁੰਦੇ ਨੇ ਅੱਛਾ ਜੀ ਇਹ ਮੇਰੀ ਹੈ ਵੀ ਸਾਰ ਹੈਗੀ ਆ ਬਲੱਡ ਪ੍ਰੈਸ਼ਰ ਦੀ ਕਿਉਂਕਿ ਸਰਦੀਆਂ ਨੇ ਸਰਦੀਆਂ 'ਚ ਬੀਪੀ ਐਵੇਂ ਹਾਈ ਹੋ ਜਾਂਦਾ ਹੈ ਅਤੇ ਇਸ ਵਾਸਤੇ ਜਿਹੜਾ ਨਾ ਫਿਰ ਆਪਣੇ ਜਿਹੜਾ ਇਹ ਇਹਤਿਆਤ ਮੈਂ ਮੇਰੀ ਇੱਕ ਗੋਲੀ ਰਹਿ ਗਈ ਸੀ ਅਤੇ ਮੈਂ ਉਹ ਪੱਤਾ ਲੈ ਕੇ ਆਇਆ ਆਪਣੇ ਅੱਛਾ ਜੀ ਮਾੜੇ ਬੰਦੇ ਦਾ ਕੀ ਜ਼ਿੰਦਗੀ ਰਹਿ ਗਈ ਹੈਗੀ ਹੈ ਮਕਾਨ ਦਾ ਕਿਰਾਇਆ ਦਵੇ ਆਪਣੇ ਜਾਂ ਆਪਣੇ ਦਵਾਈਆਂ ਪੂਰੀਆਂ ਕਰੇ ਜਾਂ ਆਪਣੇ ਮੈਨੂੰ ਦੱਸੋ ਆਪਣੇ ਕਿ ਵੀ ਸਬਜ਼ੀ ਆਪਣੇ ਘਰ ਦਾ ਚਲਾਵੇ ਕੀ ਕਰੇ ਮੈਨੂੰ ਦੱਸੋ ਇਹ ਤੁਹਾਡੇ ਸਾਹਮਣੇ ਹੈਗਾ ਜੀ ਇਹ ਆਪਣੇ ਗੋਲੀ ਹੈ ਅਟੈਕ ਤੋਂ ਬਚਾਉਂਦੀ ਹੈਗੀ ਹੈ ਜੀ ਇਹ ਫੋਨ ਸਟਾਰ ਹੈਗੀ ਜੀ ਅਤੇ ਇਹ ਕਾਲ ਪੂਰੇ ਬੱਚਿਆਂ ਨੇ ਵੀ ਮੌਸਮ ਦੀ ਤਬਦੀਲੀ ਰਾਤ ਨੂੰ ਉਹਨਾਂ ਨੇ ਲੇਟ ਆਉਣਾ ਹੁੰਦਾ ਹੈ ਕੰਮ ਤੋਂ ਹਾਂਜੀ ਤੇ ਉਹਨਾਂ ਦੇ ਵਾਸਤੇ ਆਪਣੇ ਜਿਹੜਾ ਨਾ ਇਹ ਨਾਲ ਦੇ ਕੇ ਭੇਜਣੀ ਹੁੰਦੀ ਹੈ ਕਿ ਜੇ ਅੱਲਾ ਨਾ ਕਰੇ ਵੀ ਬੁਖਾਰ ਹੋ ਜੇ ਤੇ ਬੱਚੇ ਨੂੰ ਆਪਣੇ ਬਲਾਲ ਨੂੰ ਸਮਝਾਇਆ ਹੈ ਕਿ ਇਹਨਾਂ ਨੂੰ ਆਪਣੇ ਧਿਆਨ ਕਰਨਾ ਬੱਚਿਆਂ ਦਾ ਆਪਣੇ ਅੱਛਾ ਮੈਂ ਲੈ ਕੇ ਆਇਆ ਸੀ ਪਾਣੀ ਦੋ ਨਾਲ ਮੈਂ ਬਿਸਕਟ ਆਪਣੇ ਇੱਕ ਦਮ ਵਿੱਚ ਪਾਵਾਂ ਠਹਿਰ ਜਾ ਖਾਂਸੀ ਨੇ ਨਾ ਜ਼ਰਾ ਤਾਂ ਕੀਤਾ ਸੀ ਹੈਗਾ ਮੁਸ਼ਕਲ ਦੀ ਖਾਂਸੀ ਹੋ ਗਈ ਨਾ ਖਾਦੀ ਰੋਟੀ ਉਹ ਦੇਰ ਹੋ ਗਈ ਨਾ ਜੀ ਮੈਂ ਅੱਗੇ ਕਹਿੰਦੀ ਸੀ ਪਤਾ ਨਹੀਂ ਕਿੱਥੇ ਗਏ ਨੇ ਅਗਰ ਜਿਹੜੇ ਦੇਰ ਹੋ ਗਈ ਦੀ ਵਜ੍ਹਾ ਨਾਲ ਜਦੋਂ ਮੈਂ ਤਾਂ ਸੁਣਨੀ ਸ਼ੁਰੂ ਹੋਈ ਤੇ ਉਹਦੀ ਵਜ੍ਹਾ ਨਾਲ ਜਿਹੜਾ ਨਾ ਆਪਣੇ ਮੇਰੇ ਫਿਰ ਆਪਣੇ ਜਦੋਂ ਮੈਂ ਬਰਦਾਸ਼ਤ ਨਹੀਂ ਹੋਈ ਉਹਦੇ ਜੀ ਮੈਂ ਅੱਗੇ ਹੀ ਕਹਿੰਦੀ ਸੀ ਕਿ ਅੱਲਾ ਕਰੇ ਕਿ ਦਵਾਈ ਲੈ ਆਵਾਂ ਤੇ ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਡਾਕਟਰ ਕੋਲ ਗਏ ਦਵਾਈਆਂ ਲੈ ਇਹ ਚੀਜ਼ਾਂ ਜ਼ਰੂਰੀ ਨੇ ਆਈਆਂ ਗੁਜ਼ਾਰ ਤੇ ਅੱਗੇ ਜ਼ਰੂਰ ਬਗੈਰ ਕਹਿੰਦੇ ਸੀ ਗਦਾ ਦੇ ਨਹੀਂ ਜੀ ਸਕਦੇ ਹੁਣ ਇਹਨਾਂ ਦੇ ਬਗੈਰ ਵੀ ਨਹੀਂ ਜੀ ਸਕਦੇ ਬੰਦਾ ਵੱਡਾ ਹੋ ਜਾਂਦਾ ਨਾ ਤੇ ਸੋ ਕਿਸਮ ਦੇ ਆਪਣੇ ਟੈਨਸ਼ਨਾਂ ਨਾਲ ਬਿਮਾਰੀਆਂ ਨਿਕਲ ਆਉਂਦੀਆਂ ਨੇ ਜੀ ਤੇ ਇਹ ਤਾਂ ਜ਼ਰੂਰੀ ਹੈ ਨਾ ਇਹ ਦੇਖੋ ਇਹ ਇਨਸਰਟ ਹੈਗੀ ਹੈ ਤੁਹਾਡੇ ਦਾੜ ਜਿਹੜੀ ਮੈਨੂੰ ਅੱਧੀ ਰਾਤੀ 2 ਵਜੇ ਵੀ ਮੈਨੂੰ ਆਪਣੇ ਜਿਹੜਾ ਨਾ ਬਹੁਤ ਤੜਫਾਂਦੀ ਹੈ ਜਿਹਦੇ ਤੁਹਾਡੇ ਸੌਂ ਨਹੀਂ ਦਿੰਦੇ ਤੁਸੀਂ 1 ਮਿੰਟ ਵੀ ਆਪਣੇ ਅੱਛਾ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਤਕਲੀਫ ਹੈ ਤੇ ਤੁਸੀਂ ਕਿਹਾ ਕਿ ਮੈਨੂੰ ਨਾ ਆਰਾਮ ਕਰਨ ਦੀ ਕੋਈ ਕੋਈ ਉਹ ਆਪਣੇ ਪਹਿਲਾਂ ਡੋਰ ਬੰਦ ਕਰ ਦਿੱਤੀ ਨੇ ਹੈਗੀ ਤੇ ਆਪਨੇ ਤੁਹਾਨੂੰ ਪਤਾ ਹੈ ਇਹ ਕਾਲ ਫੂਲ ਉਹਦੀ ਜਗ੍ਹਾ ਤੇ ਗੋਲੀ ਹੈਗੀ ਹੈ ਜੀ ਠੀਕ ਹੈ ਐਸੇ ਤਰ੍ਹਾਂ ਸੈਪਟਰਾਨ ਹੈਗੀ ਹੈ ਸੈਪਟਰਾਨ ਨੂੰ ਪਤਾ ਘਰ ਪਿਆ ਸੀ ਫਿਰ ਮੈਂ ਨਹੀਂ ਲਿਆਂਦਾ ਹੈਗਾ ਅੱਛਾ ਜੀ ਮੇਰੀ ਜਦੋਂ ਤਬੀਅਤ ਜ਼ਰਾ ਡਾਊਨ ਹੋਏ ਨਾ ਗੜਬੜ ਹੋਵੇ ਤੇ ਮੈਂ ਆਪਣੇ ਬੱਚੇ ਦੀ ਆਪਣੇ ਜਿਹੜਾ ਨਾ ਤਸਵੀਰ ਚੁੱਕ ਕੇ ਉਹਨੂੰ ਆਪਣੇ ਜਿਹੜਾ ਨਾ ਪਿਆਰ ਕਰਦਾ ਤੇ ਉਹਨੂੰ ਵੇਖਣਾ ਤੇ ਮੇਰੀ ਤਬੀਅਤ ਫਰੈਸ਼ ਹੋ ਜਾਂਦੀ ਹੈ ਇਹਦਾ ਮਤਲਬ ਹੈ ਹੁਣ ਮੈਂ ਤੁਹਾਨੂੰ ਤਸਵੀਰ ਦਵਾਂ ਕਾਕਾ ਸਾਹਮਣੇ ਕਰੋ ਅੱਛਾ ਜੀ ਮੈਂ ਤੁਹਾਡੇ ਕਾਕੇ ਦੀ ਤਸਵੀਰ ਮੈਂ ਉਹਦੇ ਨਾਲ ਤਬੀਅਤ ਫਰੈਸ਼ ਹੋ ਜਾਂਦੀ ਹੈ ਮੇਰਾ ਆਪਣੇ ਬੱਚੇ ਨੂੰ ਵੇਖਣਾ ਨਾ ਜਿਸਲੇ ਜੀ ਤੇ ਉਹਦੇ ਨਾਲ ਫਿਰ ਮੇਰੀ ਜਿਹੜਾ ਨਾ ਤਬੀਅਤ ਸੰਭਲਦੀ ਹੈ ਤਾਂ ਦਿਲ ਨੂੰ ਖੁਸ਼ੀ ਮਿਲਦੀ ਹੈਗੀ ਹੈ ਉਹ ਟੈਨਸ਼ਨ ਸਾਰੀ ਭੁੱਲ ਜਾਂਦੀ ਹੈਗੀ ਹੈ ਪਰੇਸ਼ਾਨੀ ਮੁੱਕ ਜਾਂਦੀ ਹੈਗੀ ਹੈ ਸਾਰੀ ਲੋ ਜੀ ਐ ਜੀ ਜੀ ਤੁਹਾਡਾ ਕਾਕਾ ਆ ਵੇਖਾ ਮੇਰਾ ਸ਼ੋਨਾ ਜਿੰਦਾ ਤੇ ਇਹਨਾਂ ਕਿੰਨਾ ਪਿਆਰਾ ਲੱਗ ਰਿਹਾ ਹੈ ਕਿੰਨਾ ਪਿਆਰਾ ਲੱਗ ਰਿਹਾ ਬੇਗਮ ਦੇਖੋ ਮਾਸ਼ਾਅੱਲਾ ਨਿਕਾ ਜਾ ਗੋਮਲੂ ਸੀ ਹੈਗਾ ਉਸ ਵਕਤ 6 ਮਹੀਨੇ ਦਾ ਵੀ ਨਹੀਂ ਸੀ ਹੈਗਾ ਹਾਂਜੀ ਤੇ ਆਪਨੇ ਉਸ ਵਕਤ ਤਸਵੀਰ ਲਈ ਸੀ ਹੈਗੀ ਤੇ ਇਹ ਉਹਨੇ ਤੇ ਫਰੇਮ ਦੇ ਵਿੱਚ ਮੈਂ ਰੱਖੀ ਹੈ ਜਿਸ ਲਈ ਮੈਨੂੰ ਕੋਈ ਟੈਨਸ਼ਨ ਹੁੰਦੀ ਪਰੇਸ਼ਾਨੀ ਹੁੰਦੀ ਹੈ ਇਹ ਤੇ ਹਾਲ ਮੈਂ ਵੇਖਣਾ ਇਹਨੂੰ ਵੇਖ ਮੈਂ ਫੌਰੀ ਤੌਰ ਤੇ ਮੇਰੇ ਜਿਹੜਾ ਨਾ ਮੂਡ ਖੁਸ਼ਗਵਾਰ ਹੋ ਜਾਂਦਾ ਮੈਨੂੰ ਹਾਸਾ ਆ ਜਾਂਦਾ ਹੈ ਕਿ ਐਡੀ ਪਿਆਰੀ ਰੌਣਕ ਹੈਗੀ ਹੈ ਤੇ ਕਿੱਡਾ ਵੇਖ ਲਓ ਆਪਣੇ ਗੋਣਾ ਦੇ ਰਿਹਾ ਘੂਰੀ ਪਾ ਕੇ ਆਪਣੇ ਹਾਂਜੀ ਘੂਰੀ ਦੇਖੋ ਇਹਦੀ
ਮੇਰੇ ਤਾਂ ਬਾਬਾ ਬੱਚੇ ਸਾਰੇ ਹੀ ਆਪਣੇ ਬੜੇ ਆ ਜਿਹੜੇ ਨੇ ਨਾ ਸਿਆਣੇ ਨੇ ਪਿਆਰੇ ਨੇ ਹਾਂਜੀ ਇੱਜ਼ਤ ਕਰਦੇ ਨੇ ਹੈਗੇ ਇਸ ਤਰ੍ਹਾਂ ਕਰਦੇ ਨੇ ਸਾਡਾ ਤੇ ਮਿਹਨਤੀ ਨੇ ਰਾਜ ਕੇ ਜੀ ਬੜੀ ਪਿਆਰੀ ਲੱਗੀ ਹੈਗੀ ਏ ਮੈਂ ਇਹਨੂੰ ਜਿਹੜਾ ਨਾ ਵੇਖਣਾ ਘੜੀ ਘੜੀ ਬੇਗਮ ਸਾਹਿਬਾ ਤੇ ਮੈਨੂੰ ਨਾ ਜਿਹੜਾ ਨਾ ਦਿਲ ਨੂੰ ਸਕੂਨ ਪਹੁੰਚਦਾ ਹੈਗਾ ਵੇ ਹਾਂਜੀ ਦਵਾਈਆਂ ਰੱਖੋ ਸੰਭਾਲੋ ਇੱਧਰ ਗੜਬੜ ਹੋ ਜਾਂਦੀ ਹੈ ਇਸ ਵਾਸਤੇ ਮੈਂ ਤੇ ਫਿਰ ਆਪਣੇ ਜਿਹੜਾ ਨਾ ਦੇਖੋ ਹੁਣ ਆਪਣੇ ਬੇਟੇ ਨੂੰ ਵੇਖ ਲਿਆ ਵੇ ਨਾ ਆਪਣੇ ਇਹਦੇ ਨਾਲ ਆਪਣੇ ਇਨਸ਼ਾਅੱਲਾ ਮੇਰੀ ਤਬੀਅਤ ਵੀ ਫਰੈਸ਼ ਹੋ ਜਾਣੀ ਹੈ ਮੇਰੀ ਆਵਾਜ਼ ਵੇਖੋ ਕਿਹੋ ਜੀ ਗਲੇ ਦੀ ਖਰਾਬੀ ਤੋਂ ਤੁਸੀਂ ਜਾਣਾ ਮੰਗਵਾਣਾ ਮੈਂ ਹੁੰਦਾ ਵੇ ਜਾਂ ਲਿਆਣਾ ਮੈਂ ਹੁੰਦਾ ਵੇ ਦੇ ਦੋ ਮੈਨੂੰ ਪਤਾ ਸੀ ਨਾ ਹੈਗਾ ਬੇਗਮ ਸਾਹਿਬ ਦਾ ਬਿਸਕਟ ਦੇ ਬਗੈਰ ਗੁਜ਼ਾਰਾ ਨੀ ਹੁੰਦਾ ਹੈਗਾ ਮੈਂ ਫਿਰ ਵੀ ਵੇਖ ਕੇ ਗੁਜ਼ਾਰਾ ਕਰ ਲੈਂਦਾ ਬਾਹਰੋਂ ਉਹਨੇ ਸ਼ੌਕੇ ਤੇ ਲਾਏ ਨੇ ਤੇ ਮੈਂ ਉਹਦਾ ਡੱਬਿਆਂ ਨੂੰ ਵੇਖ ਕੇ ਹੀ ਪਾ ਸਕਦਾ ਗੁਜ਼ਾਰਾ ਕਰ ਲੈਂਦਾ ਪਰ ਬੇਗਮ ਸਾਹਿਬ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ ਰਾਤ ਨੂੰ ਤੁਸੀਂ ਉੱਠ ਕੇ ਫਿਰ ਵੇਖਦੇ ਹੋ ਤੁਹਾਨੂੰ ਆਪਣੇ ਇਸ ਤਰ੍ਹਾਂ ਹੁੰਦਾ ਕਿ ਜਿਸ ਤਰ੍ਹਾਂ ਕੋਈ ਚੀਜ਼ ਨਹੀਂ ਖਾਧੀ ਹੈਗੀ ਤਾਂ ਕੋਈ ਇੰਨਾ ਜਾਨ ਤੇ ਬਣ ਜਾਂਦੀ ਹੈਗੀ ਫਿਰ ਮਿੱਠੀ ਚੀਜ਼ ਤੁਹਾਨੂੰ ਦੇਣੇ ਉਹ ਸ਼ੂਗਰ ਤੁਹਾਡੀ ਲੋਅ ਹੋਈ ਹੁੰਦੀ ਹੈ ਇਸ ਵਾਸਤੇ ਮੈਂ ਲੈ ਕੇ ਆਉਂਦਾ ਆਪਣੇ ਠੀਕ ਨਾ ਜੀ ਸਾਡੇ ਘਰ ਦੇ ਹਾਲਾਤ ਦਾ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਕਿਸ ਹਾਲਾਤ ਦੇ ਵਿੱਚ ਜਾਂ ਕਿਸ ਘਰ ਵਿੱਚ ਕਿਸ ਤਰ੍ਹਾਂ ਰਹਿ ਰਹੇ ਹੈਗੇ ਆ ਠੀਕ ਹੈ ਇਸ ਵਕਤ ਆਪਣੇ ਸਾਰੇ ਆ ਤੁਹਾਡੇ ਸਾਹਮਣੇ ਹੈਗਾ ਕਿ ਦਵਾਈਆਂ ਲੈ ਕੇ ਆਏ ਆ ਦਵਾਈਆਂ ਲਿਆਈਏ ਤੇ ਆਟੇ ਦੇ ਪੈਸੇ ਕੋਈ ਨਹੀਂ ਹੁੰਦੇ ਆ ਆਟਾ ਲੈ ਕੇ ਆਉਂਦੇ ਆ ਤੇ ਘਿਓ ਦੇ ਪੈਸੇ ਕੋਈ ਨਹੀਂ ਹੁੰਦੇ ਜੇ ਘਿਓ ਲਿਆਉਂਦੇ ਆ ਤੇ ਸਬਜ਼ੀ ਦੇ ਪੈਸੇ ਕੋਈ ਨਹੀਂ ਹੁੰਦੇ ਬਸ ਇਸੇ ਤਰ੍ਹਾਂ ਹੀ ਅੱਲਾਹ ਤਾਲਾ ਬਰਕਤ ਪਾਉਂਦੇ ਨੇ ਗੈਬ ਤੋਂ ਅੱਲਾਹ ਤਾਲਾ ਦੇ ਰਹੇ ਨੇ ਤੇ ਅਸੀਂ ਆਪਣੇ ਗੁਜ਼ਾਰਾ ਕਰਦੇ ਹਾਂ ਆਪਣੇ ਦੋਸਤਾਂ ਸ਼ੇਅਰ ਕਰਨ ਫੈਮਲੀਆਂ ਸ਼ੇਅਰ ਕਰਨ ਕਿਉਂਕਿ ਸਾਡੇ ਜ਼ਿਆਦਾ ਤੋਂ ਜ਼ਿਆਦਾ ਵਿਊ ਆਉਣਗੇ ਤੇ ਤਾਂ ਸਾਨੂੰ ਕੋਈ ਆਪਣੀ ਤਨਖਾਹ ਮਿਲੇਗੀ ਸਾਨੂੰ 2 ਸਾਲ ਦੇ ਕਰੀਬ ਹੋ ਚੱਲੇ ਨੇ ਚੈਨਲ ਨਾਲ ਜੁੜਿਆ ਤੇ ਇਹ ਚੈਨਲ ਚੱਲ ਜਾਏਗਾ ਤੇ ਕੋਈ ਸਾਡੇ ਘਰ ਦੇ ਹਾਲਾਤ ਸੈੱਟ ਹੋ ਜਾਣਗੇ ਆਪਣੇ ਤੇ ਇਹਦੇ ਨਾਲ ਹੀ ਅਸੀਂ ਆਪਣੇ ਜਿਹੜਾ ਨਾ ਆਪਣੇ ਨਾਜ਼ਰੀਨ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਕਿ ਵੀ ਆਪਣੇ ਜਿਹੜਾ ਨਾ ਨੈਕਸਟ ਵੀਡੀਓ ਵਾਸਤੇ ਅੱਲਾ ਹਾਫਿਜ਼।